ਕੀ ਮਾਮਲਾ ਕੀ ਹੈ? ਮਾਮਲੇ ਦਾ ਤਾਂ ਕੋਈ ਪਤਾ ਨਹੀਂ ਗਾ ਜੀ, ਟਰੋਲੀ ਭਾਈ ਟੂਰਨਾਮੈਂਟ ਚੱਲੀ ਜਾਂਦਾ ਵਧੀਆ, ਤੇ ਨਾ ਕੋਈ ਇਹਦਾ ਕੋਈ ਇਹੋ ਜਿਹਾ ਕਿਸੇ ਨਾਲ ਰੌਲਾ, ਉੱਥੇ ਕੋਈ ਅਣਪਛਾਤੇ ਬੰਦੇ ਆਏ ਆ ਉੱਥੇ, ਨਾਲੇ ਤਾਂ ਇਹਨੂੰ ਕੁੱਟਿਆ ਕੱਟਿਆ, ਅਤੇ ਨਾਲੇ ਕੋਈ ਫਾਇਰਿੰਗ ਫੁਇਰਿੰਗ ਵੀ ਹੋਈ ਹੈ ਜੀ, ਇਸ ਤਰ੍ਹਾਂ ਜਿੱਦਾਂ ਗਰਾਊਂਡ ਸੀ ਇਹ ਗਰਾਊਂਡ 'ਚ ਮੈਚ ਲਾ ਕੇ ਬਾਹਰ ਚਲੇ ਗਿਆ, ਪਰ ਜੋ ਵੀ ਹੋਇਆ ਇਹ ਬਹੁਤ ਗਲਤ ਹੋਇਆ, ਜਿਹਨੇ ਵੀ ਕੀਤਾ ਇਹ ਬਹੁਤ ਗਲਤ ਕੀਤਾ। ਮੇਰੇ ਗੱਡੀ ਤੇ ਚਲੋ ਉੱਥੇ ਗਾ ਨਾ ਥਾਣੇ ਜਾਣਾ ਮਾਰਾ ਹੀ ਚੱਲ ਮਾਮਲਾ ਕੀ ਹੈ? ਮਾਮਲੇ ਦਾ ਤਾਂ ਕੋਈ ਪਤਾ ਨਹੀਂ ਗਾ ਜੀ, ਟਰੋਲੀ ਭਾਈ ਟੂਰਨਾਮੈਂਟ ਚੱਲੀ ਜਾਂਦਾ ਵਧੀਆ, ਤੇ ਇਹ ਤਾਂ ਨਾ ਕੋਈ ਇਹਦਾ ਕੋਈ ਇਹੋ ਜਿਹਾ ਕਿਸੇ ਨਾਲ ਰੌਲਾ, ਉੱਥੇ ਕੋਈ ਅਣਪਛਾਤੇ ਬੰਦੇ ਆਏ ਆ ਉੱਥੇ, ਨਾਲੇ ਤਾਂ ਇਹਨੂੰ ਕੁੱਟਿਆ ਕੱਟਿਆ, ਤੇ ਨਾਲੇ ਕੋਈ ਫਾਇਰਿੰਗ ਫੁਇਰਿੰਗ ਵੀ ਹੋਈ ਹੈ ਜੀ, ਇਸ ਤਰ੍ਹਾਂ ਜਿੱਦਾਂ ਗਰਾਊਂਡ ਸੀ ਇਹ ਗਰਾਊਂਡ 'ਚ ਮੈਚ ਲਾ ਕੇ ਬਾਹਰ ਚਲੇ ਗਿਆ, ਪਰ ਜੋ ਵੀ ਹੋਇਆ ਇਹ ਬਹੁਤ ਗਲਤ ਹੋਇਆ, ਜਿਹਨੇ ਵੀ ਕੀਤਾ ਇਹ ਬਹੁਤ ਗਲਤ ਕੀਤਾ। ਕਿਹੜੇ ਬੰਦੇ ਕੌਣ ਸੀਗੇ? ਸਾਨੂੰ ਇਸ ਗੱਲ ਦਾ ਤਾਂ ਪਤਾ ਨਹੀਂ, ਇਹ ਨਾਂ ਲੈ ਦਿੰਦੇ ਹਨਾ ਵੀ ਕੌਣ ਸੀ ਕੌਣ ਨਹੀਂ ਸੀਗੇ, ਪਰ ਜੋ ਵੀ ਕੀਤਾ ਇਹ ਬਹੁਤ ਗਲਤ ਕੀਤਾ। ਇੱਕ ਪਲੇਅਰ ਆ ਨਹੱਥਾ, ਉਹਦੇ ਕੋਲ ਕੋਈ ਹੈ ਨਹੀਂ ਨਾ ਕੋਈ ਹੋਰ ਆ, ਉਹਦੇ 'ਤੇ ਆ ਕੇ ਆਪਾਂ ਇਸ ਤਰ੍ਹਾਂ ਅਟੈਕ ਕਰਦੇ ਹਾਂ, ਉਹ ਬਹੁਤ ਗਲਤ। ਫਾਇਰ ਕਿੰਨੇ ਕੋਲ ਫਾਇਰ ਕਿੰਨੇ ਹੋਏ? ਫਾਇਰ ਦੀ ਪਹਿਚਾਣ ਹੈਗੀ ਤੁਹਾਨੂੰ? ਨਹੀਂ ਸਾਨੂੰ ਤਾਂ ਨਹੀਂ, ਇਹਦੇ ਤੇ ਆ ਕੇ ਅਟੈਕ ਕੀਤਾ ਅਸੀਂ ਇਹਨੂੰ, ਬਾਅਦ ਚੋਂ ਇਹ ਮੇਰੇ ਕੋਲੇ ਗਰਾਊਂਡ ਦੇ ਵਿੱਚ ਆਏ ਸਾਰੇ ਪਲੇਅਰ, ਉੱਥੇ ਆ ਕੇ ਅਸੀਂ ਇਹਨੂੰ ਚਲੋ ਪਹਿਲਾਂ ਐਂਬੂਲੈਂਸ ਦੇ ਵਿੱਚ, ਫਿਰ ਸਾਨੂੰ ਕਿਸੇ ਬੰਦੇ ਨੇ ਦੱਸਿਆ ਵੀ ਉਹ ਬੰਦੇ ਜ਼ਿਆਦੇ ਆ, ਤੇ ਅਸੀਂ ਇਹਨੂੰ ਉੱਥੇ ਪੁਲਿਸ ਬੁਲਾ ਕੇ ਸਾਰੀ ਫੋਰਸ, ਫਿਰ ਅਸੀਂ ਇਹਨੂੰ ਇੱਥੇ ਸਿਵਲ ਹਸਪੀਟਲ ਲੈ ਗਏ। ਤੁਹਾਡਾ ਕਿਹੜਾ ਪਿੰਡ ਆ? ਮੇਰਾ ਪਿੰਡ ਜਲਾਲ ਆ ਜੀ, ਮੈਂ ਇੰਟਰਨੈਸ਼ਨਲ। ਤੁਹਾਡਾ ਇਹਨਾਂ ਨਾਲ ਕੀ ਸੰਬੰਧ ਹੈ ਜੀ? ਮੈਂ ਕਬੱਡੀ ਦੀ ਕਮੈਂਟਰੀ ਕਰਦਾ ਜੀ, ਅਤੇ ਅਸੀਂ ਭਾਈਆਂ ਵਾਂਗੂ ਰਹਿੰਦੇ ਆ ਗਰਾਊਂਡ ਦੇ ਵਿੱਚ ਹਰ ਰੋਜ਼, ਸਾਰੇ ਪਲੇਅਰ ਹੀ ਸਾਡੇ ਭਰਾ ਹਨ, ਠੀਕ ਹੈ, ਸਾਡਾ ਫਰਜ਼ ਬਣਦਾ ਜੀ ਭਰਾਵਾਂ ਨਾਲ ਖੜੀਏ। ਕਿੰਨੇ ਬੰਦੇ ਆ? ਮੇਰੇ ਦੱਸਣ ਮੁਤਾਬਕ 10-12 ਬੰਦੇ ਸੀਗੇ ਜੀ। ਵਰਿੰਦਰ, ਅੱਛਾ ਕੀ ਘਟਨਾ ਕੀ ਵਾਪਰੀ ਉੱਥੇ? ਮੈਂ ਹੀ ਖੇਡ ਕੇ ਤੁਰਿਆ ਆਉਂਦਾ ਜੀ, ਮੈਨੂੰ ਪਤਾ ਹੀ ਨਹੀਂ ਲੱਗਾ। ਅੱਛਾ ਕਿੱਥੇ ਘਟਨਾ ਵਾਪਰੀ ਹੈ ਇਹ? ਉਹ ਗਰਾਊਂਡ ਕੋਲ ਜੀ। ਅੱਛਾ ਕਿੱਥੇ ਟੂਰਨਾਮੈਂਟ ਕਿੱਥੇ ਸੀਗਾ? ਗੋਲੀ ਭਾਈ। ਅੱਛਾ ਕੀ ਫਾਇਰਿੰਗ ਹੋਈ ਆ ਕੋਈ? ਹਾਂਜੀ। ਅੱਛਾ ਕੌਣ ਕੌਣ ਬੰਦੇ ਸੀਗੇ? ਪਤਾ ਨਹੀਂ ਜੀ ਕੌਣ ਸੀਗੇ ਜੀ। ਕੋਈ ਨਾਮਾਂ ਦਾ ਪਤਾ ਹੈਗਾ ਤੁਹਾਨੂੰ? ਨਾ ਜੀ। ਅੱਛਾ ਤੁਸੀਂ ਕਿੱਥੋਂ ਖੇਡ ਰਹੇ ਸੀਗੇ? ਅਸੀਂ ਪਿੰਡਾਂ ਦੀ ਟੀਮ ਵਾਲੀ ਖੇਡਦੇ। ਅੱਛਾ ਜੀ, ਅਤੇ ਕੌਣ ਬੰਦੇ ਸੀਗੇ ਜਿਨ੍ਹਾਂ ਨੇ ਹਮਲਾ ਕੀਤਾ? ਪਤਾ ਨਹੀਂ ਲੱਗਾ ਜੀ। ਲੜਾਈ ਹੋਈ ਹੈ ਟਰੋਲੀ ਭਾਈ, ਕੀ ਮਾਮਲਾ ਕੀ ਹੈ ਜੀ, ਕੀ ਧਿਆਨ ਚ ਆਇਆ ਤੁਹਾਡੇ? ਅੱਜ ਟਰੋਲੀ ਭਾਈ ਟੂਰਨਾਮੈਂਟ ਹੋ ਰਿਹਾ ਸੀ, ਸੈਮੀ ਫਾਈਨਲ ਮੈਚ ਸੀਗੇ, ਸੈਮੀ ਫਾਈਨਲ ਮੈਚ ਭਿੰਡਰ ਕਲਾਂ ਤੇ ਸ਼ਰੀਰ ਦਾ ਹੋ ਰਿਹਾ ਸੀਗਾ। ਮੈਚ ਹੋਣ ਤੋਂ ਬਾਅਦ ਜਦੋਂ ਗਰਾਊਂਡ ਤੋਂ ਬਾਹਰ ਆਏ ਤਾਂ ਉੱਥੇ ਕੋਈ ਇਹਨਾਂ ਦਾ ਆਪਸ ਵਿੱਚ ਝਗੜਾ ਹੋ ਗਿਆ। ਸਾਨੂੰ ਜਦੋਂ ਪਤਾ ਲੱਗਿਆ ਵੀ ਝਗੜਾ ਹੋਇਆ ਤਾਂ ਅਸੀਂ ਵਰਿੰਦਰ ਸਿੰਘ ਆ ਮੁੰਡਾ ਭਿੰਡਰਾਂ ਦਾ, ਉਹਨੂੰ ਚੱਕ ਕੇ ਲੈ ਕੇ ਹਸਪਤਾਲ ਲੈ ਕੇ ਆਏ ਹਾਂ। ਬਾਕੀ ਹਜੇ ਪਤਾ ਨਹੀਂ ਲੱਗਿਆ ਵੀ ਕੀ ਗੱਲਬਾਤ ਹੋਈ ਹੈ, ਜਿਵੇਂ ਪਤਾ ਤਫਤੀਸ਼ ਚੱਲ ਰਹੀ, ਜਿਵੇਂ ਹੋਈ ਬਾਅਦ 'ਚ ਦੱਸ ਦਿੰਦੇ। ਟੂਰਨਾਮੈਂਟ ਮੇਲੇ ਦਾ ਟੂਰਨਾਮੈਂਟ ਸੀ, ਹਰੇਕ ਸਾਲ ਹੀ ਹੁੰਦਾ ਹੁਣ ਟੂਰਨਾਮੈਂਟ। ਖੇਡਣ ਤੋਂ ਖਿਡਾਰੀਆਂ ਨੇ ਕਿਹਾ ਵੀ ਸਾਡਾ ਇੱਕ ਖਿਡਾਰੀ ਅਗਵਾ ਹੀ ਹੋਇਆ, ਪੱਕੀ ਪਾਰਟੀਆਂ ਵਾਲੇ ਪਿੰਡ ਦਾ ਲੈ ਕੇ ਤੁਰੰਤ ਅਸੀਂ ਹਸਪਤਾਲ ਲੈ ਗਏ। ਇਲਾਜ ਕਰਾਉਣਾ ਜ਼ਰੂਰੀ ਸੀ। ਇੱਥੇ ਕਿੰਨੇ ਬੰਦੇ ਲੈ ਕੇ ਆਏ? ਇੱਕ ਬੰਦਾ ਲੈ ਕੇ ਆਏ। ਬਾਕੀਆਂ ਦਾ ਪਤਾ ਲੱਗਾ ਕੋਈ ਅਜੇ ਤੱਕ? ਨਹੀਂ, ਬਾਕੀ ਨਹੀਂ ਕੋਈ ਪਤਾ। ਬੰਦੇ ਕੌਣ ਸੀ, ਕੋਈ ਪਤਾ ਲੱਗੇ? ਨਹੀਂ ਨਹੀਂ ਕੋਈ ਪਤਾ। ਬਾਬਾ ਅਗੋਰੀਨਾਥ, ਭਗਤੀ ਦੀ ਸ਼ਕਤੀ ਹੈ ਮੇਰੇ ਕੋਲ, ਵਸ਼ੀਕਰਨ ਅਤੇ ਮੁਟਕਰਨੀ ਦੇ ਬੇਤਾਜ ਬਾਦਸ਼ਾਹ ਬਾਬਾ ਅਗੋਰੀਨਾਥ, ਮੇਰੇ ਕਿਤੇ ਕੰਮ ਨੂੰ ਕੱਟਣ ਵਾਲੇ ਨੂੰ ਮੂੰਹ ਮੰਗਿਆ ਇਨਾਮ, ਸਮੱਸਿਆ ਚਾਹੇ ਜਿੱਦਾਂ ਦੀ ਵੀ ਹੋਵੇ ਜੜ ਤੋਂ ਖਤਮ, ਪਿਆਰ ਚ ਧੋਖਾ, ਸੋਤਨ ਦੁਸ਼ਮਣ ਤੋਂ ਛੁਟਕਾਰਾ, ਕਾਰੋਬਾਰ ਚ ਘਾਟਾ, ਨੌਕਰੀ ਦੀ ਸਮੱਸਿਆ, ਜ਼ਿੰਦਗੀ ਦੀ A to Z ਹਰ ਸਮੱਸਿਆ ਦੇ ਸਮਾਧਾਨ ਲਈ ਇੱਕ ਵਾਰ ਫੋਨ ਜ਼ਰੂਰ ਕਰੋ ਬਾਬਾ ਅਗੋਰੀਨਾਥ। ਮੋਬਾਈਲ ਨੰਬਰ 9815705376।